ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਖਬਰ ਪੰਜਾਬ ਤੋਂ ਆ ਜਿੱਥੇ ਮਿਲਿਆ ਇਸ ਬਿਮਾਰੀ ਦਾ ਮਰੀਜ਼ ਗਵਾਂਡ ਦੇ 60 ਕਰਾਂ ਚੋਂ ਤੁਰੰਤ ਕੀਤਾ ਗਿਆ ਇਹ ਕੰਮ ਪਾਈਆਂ ਪਾਜੜਾਂ ਵੀਡੀਓ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਦੋਸਤੋ ਖਬਰ ਬਿਗ ਬ੍ਰੇਕਿੰਗ ਨਿਊਜ਼ ਆ ਪੰਜਾਬ ਤੋਂ ਜਿੱਥੇ ਬਿਮਾਰੀ ਦਾ ਮਰੀਜ਼ ਮਿਲਿਆ ਤੇ ਆਸ-ਪਾਸ ਦੇ 60 ਘਰਾਂ ਵਿੱਚ ਇਹ ਕੰਮ ਕੀਤਾ ਗਿਆ ਜਾਣਕਾਰੀ ਦੇ ਅਨੁਸਾਰ ਲੁਧਿਆਣਾ ਜ਼ਿਲ੍ਹੇ ਵਿੱਚ ਕਰੋਨਾ ਦੇ ਬਹੁਤ ਸਾਰੇ ਲੋਕਾਂ ਦੀ ਜਾਨ ਲਈ ਉੱਥੇ ਹੀ ਹੁਣ ਸ਼ਹਿਰ ਦੇ ਅੰਦਰ ਚਿਕਨਗੁਨੀਆ ਕੇਸ ਹੋਣ ਦੇ ਨਾਲ ਪੁਸ਼ਟੀ ਦੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਹੋਏ ਮਰੀਜ਼ ਤੋਂ ਹੋਈ ਹੈ ਇਹ ਵਿਅਕਤੀ ਜੋ ਇਸ ਸਮੇਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜੇਰੇ ਇਲਾਜਾ ਲੁਧਿਆਣਾ ਦੇ ਅੰਬੇਦਕਰ ਨਗਰ ਨਿਊ ਮਾਡਲ ਟਾਊਨ ਦਾ ਰਹਿਣ ਵਾਲਾ ਨਵਾਸੀ ਇਸ ਵਿਅਕਤੀ ਦੇ ਚਿਕਨਗੁਨੀਆ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਇਸ ਵਿਅਕਤੀ ਦੇ ਘਰ ਅਤੇ ਆਲੇ-ਦੁਆਲੇ ਸਤਿਤ 60 ਕਰਾਂ ਦੇ ਵਿੱਚ ਮੱਛਰਾਂ ਵਾਸਤੇ ਸਪਰੇਅ ਕੀਤੀ ਗਈ ਹੈ ਇਸ ਲੋਕਾਂ ਨੂੰ ਇਸ ਦੇ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਜਿਸ ਬਾਰੇ ਜ਼ਿਲ੍ਹੇ ਅੰਦਰ ਸਾਰੇ ਐਸਐਮਓਜ਼ ਦੀ ਇੱਕ ਮੀਟਿੰਗ ਕੀਤੀ ਗਈ ਆ ਐਤਵਾਰ ਨੂੰ ਸੋ ਜਿਸ ਤੇ ਇਲਾਕੇ ਵਿੱਚ ਮੁੱਢਲੇ ਸਿਹਤ ਕੇਂਦਰਾਂ ਦੇ ਲੋਕਾਂ ਨੂੰ ਵੀ ਸਹੂਲਤ ਦੇਣ ਬਾਰੇ ਅਤੇ ਬਰਸਾਤੀ ਮੌਸਮ ਸੰਬੰਧੀ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਗਰੂਕ ਕੀਤਾ ਜਾ ਸਕਦਾ ਹੈ ਚਿਕਨ ਗੁਣੀਆਂ ਤੋਂ ਪ੍ਰਭਾਵਿਤ ਹੋਣ ਵਾਲੇ ਵਿਅਕਤੀ ਨੂੰ 25 ਜੂਨ ਨੂੰ ਬੁਖਾਰ ਦੀ ਸ਼ਿਕਾਇਤ ਹੋਈ ਜਿਸ ਤੋਂ ਨਜ਼ਦੀਕੀ ਕਲੀਨਿਕ ਤੋਂ ਦਵਾਈ ਲਈ ਤੇ 26 ਜੂਨ ਨੂੰ ਜੀਟੀਬੀ ਹਸਪਤਾਲ ਤੋਂ ਦਾਖਲ ਕਰਵਾਇਆ ਗਿਆ ਜਿੱਥੇ ਹਾਲਤ ਗੰਭੀਰ ਹੋ ਗਈ 8 ਜੁਲਾਈ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਉੱਥੇ ਉਹਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਪਟਿਆਲਾ ਤੋਂ ਦਾਖਲ ਕਰਵਾਇਆ ਗਿਆ ਜਿੱਥੇ ਚਿਕਨ ਗੁਣੀਆਂ ਤੋਂ ਉਸ ਦੇ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਆ ਜਿਸ ਤੋਂ ਬਾਅਦ ਉਸ ਦੇ ਲਾਗੇ ਦੇ 60 ਘਰਾਂ ਦੇ ਵਿੱਚ ਜਿਹੜੀ ਸਪਰੇਅ ਕਰ ਦਿੱਤੀ ਗਈ ਆ ਮੱਛਰਾਂ ਦੇ ਵਾਸਤੇ ਤਾਂ ਜੋ ਉਹਨਾਂ ਨੂੰ ਬਚਾਇਆ ਜਾ ਸਕੇ ਧੰਨਵਾਦ